ਅਸਲਾਮੁਅਲੈਕੁਮ ਜੀ, ਤੁਹਾਡਾ ਆਪਣਾ ਅਹਿਮਦ ਭਾਈ ਇੱਕ ਨਵੀਂ ਵੀਡੀਓ ਨਾਲ ਰਿਹਾ ਜੀ। ਜਨਾਬ ਜਾ ਰਹੇ ਹਾਂ ਰੂਬੀ, ਇੱਕ ਗੋਲਡ ਸ਼ਾਪ ਓਪਨ ਹੋਈ ਸੀ ਉੱਥੇ, ਜਨਾਬ ਆਇਆ ਕੋਈ ਐਕਟਰ ਅਤੇ ਉਹਦੀ ਤੁਹਾਨੂੰ ਐਕਟਿੰਗ ਆਉਣੀ ਹੈ, ਅਤੇ ਟਾਈਮ ਹੋ ਗਿਆ ਤਕਰੀਬਨ ਸ਼ਾਮ ਦਾ 5:30 ਦਾ, ਅਤੇ ਉਹਨੇ ਆਉਣਾ ਮਗਰੋਂ ਤੋਂ ਬਾਅਦ, ਅਤੇ ਇੱਥੋਂ ਨਿਕਲ ਜਾਂਦੇ ਹਾਂ ਅਸੀਂ ਰੂਹੀ, ਜਾਂਦੇ ਹਾਂ ਰੂਹੀ, ਥੋੜ੍ਹਾ ਕੌਫੀ ਸ਼ੋਫੀ ਪੀਂਦੇ ਹਾਂ ਚਾਹੇ ਸ਼ਾਇਦ, ਅਤੇ ਫਿਰ ਉਹ ਆਉਂਦਾ ਅਤੇ ਫਿਰ ਤੁਹਾਨੂੰ ਜਨਾਬ ਉਹਦਾ ਜਿਹੜਾ ਤਮਾਸ਼ਾ ਲੱਗਿਆ ਉੱਥੇ ਉਹ ਤੁਹਾਨੂੰ ਦਿਖਾਉਂਦੇ ਹਾਂ। ਠੀਕ ਹੈ, ਵੀਡੀਓ ਪੂਰੀ ਦੇਖ ਕੇ ਬੜਾ ਮਜ਼ਾ ਆਏਗਾ, ਅਤੇ ਚਲੋ ਚੱਲਦੇ ਹਾਂ। ਇਸ ਤੋਂ ਪਹਿਲਾਂ ਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋਏ ਜਾਂ ਦੂਜੀਆਂ ਤੀਜੀਆਂ ਗੱਲਾਂ ਕਰਨਾ ਬਿਹਤਰ ਆਈਏ, ਉਹ ਵੀ ਤੁਹਾਨੂੰ ਜਾ ਕੇ ਅਤੇ ਵਿਖਾਈਏ ਅਤੇ ਦੇਖਿਓ ਤੁਸੀਂ ਜਨਾਬ। ਉਹ ਜਨਾਬ ਗੋਲਡ ਦੀ ਸ਼ਾਪ ਹੈ ਰੂਬੀ ਕਲਿਆਣ ਅਤੇ ਮਲਾਬਾਰ ਗੋਲਡ ਦੇ ਬਿਲਕੁਲ ਸਾਹਮਣੇ ਰੂਬੀ ਖਾਈ ਸਕਦੇ ਇੱਥੇ। ਠੀਕ ਹੈ, ਪੁਰਾਣਾ ਆਰੋਪੀ ਸ਼ਰਧਾਨਾ ਜਿਹੜਾ ਉਹਦੇ ਤੋਂ ਪਹਿਲੇ ਹੀ, ਅਤੇ ਚਲੋ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਜੀ। ਦੋਸਤ ਨੇ ਕਹਿੰਦੇ ਹਨ ਕਿ ਜਨਾਬ ਅਸਾਂ ਵੀ ਤਮਾਸ਼ਾ ਵੇਖਣ ਜਾਣਾ, ਚਲੋ 5-10 ਮਿੰਟ ਸਹੀ, ਮੈਂ ਚਲੋ ਜੀ ਤੁਰ ਜਾਂਦੇ ਹਾਂ, ਨਾਲੇ ਆਪਣੇ ਦੋਸਤਾਂ ਨੂੰ ਵਿਖਾ ਦਿੰਦੇ ਹਾਂ। ਹਾਂਜੀ ਦੋਸਤੋ, ਜਾ ਰਹੇ ਹਾਂ ਮੈਂ ਇਸ ਟਾਈਮ ਹੈਪੀ ਸੈਂਟਰ ਦੇ ਕੋਲ ਪਹੁੰਚ ਗਿਆ। ਠੀਕ ਹੈ, ਹੈਪੀ ਸੈਂਟਰ ਗੱਡੀ ਪਾਰਕ ਕਰਕੇ ਹੁਣ ਲੁੱਲੂ ਵਾਲੀ ਸਾਈਡ 'ਤੇ ਜਾਣਾ, ਅਤੇ ਉਹ ਤੁਹਾਨੂੰ ਉੱਥੋਂ ਜਾ ਕੇ ਦਿਖਾਉਂਦਾ ਮੈਂ, ਦੇਖਿਓ ਤੁਸੀਂ। ਬਸ ਹਾਂਜੀ, ਟਾਈਮ ਪਾਸ ਤਮਾਸ਼ਾ ਜਿਹਾ ਲੱਗਿਆ, ਬਸ ਵੇਖ ਕੇ ਅਤੇ ਆ ਜਾਂਦੇ ਹਾਂ। ਹਾਂਜੀ, ਇਸ ਟਾਈਮ ਮੈਂ ਜਨਾਬ ਰੂਹੀ ਲੁੱਲੂ ਦੇ ਸਾਹਮਣੇ ਖਲੋਤਾ ਹੋਇਆ, ਇਹ ਦੇਖ ਸਕਦੇ ਹਾਂ ਰੂਹੀ ਦੀ ਖਾਈ ਸਟਰੀਟ ਲੁੱਲੂ ਹੈਪਰ ਮਾਰਕੀਟ, ਅਤੇ ਅਸੀਂ ਜਾਣਾ ਜਨਾਬ ਲੈਫਟ ਸਾਈਡ 'ਤੇ ਜਿੱਧਰ ਰੋਡ ਜਾ ਰਹੀ ਹੈ, ਥੋੜ੍ਹਾ ਜਿਹਾ ਅੱਗੇ ਜਾਵਾਂਗੇ ਸਾਹਮਣੇ ਕਲਿਆਣ ਅਤੇ ਮਲਾਬਾਰ ਦੇ ਬਿਲਕੁਲ ਸਾਹਮਣੇ, ਚਲੋ ਜੀ। ਹਾਂਜੀ ਦੋਸਤੋ, ਇੱਥੇ ਪਹੁੰਚਿਆ ਮੈਂ, ਤਮਾਸ਼ਾ ਲੱਗਿਆ ਫੁੱਲ, ਮੈਂ ਦੁਕਾਨਾਂ ਵਾਂ ਬੈਕ ਕੈਮਰੇ ਨਾਲ, ਹੁਣ ਜਾ ਸਾਈਡ 'ਤੇ ਦੇਖ ਲਓ, ਹੋਰ ਵੈਨ ਵਾਲੇ ਨੇ ਉਹਦੇ ਤੋਂ ਥੱਲੇ ਜਿਹੜੇ ਨੇ ਨਾ, ਉਹ ਹੀ ਜਿਹੜਾ ਤਮਾਸ਼ਾ ਲੱਗਿਆ। ਉਹ ਕੋਈ ਦੁਕਾਨ ਓਪਨ ਹੋਈ ਹੈ ਅਤੇ ਉਹਦਾ ਜਨਾਬ ਲੱਗਿਆ, ਮੈਂ ਤੁਹਾਨੂੰ ਬੈਕ ਕੈਮਰੇ ਨਾਲ ਦੁਕਾਨਾਂ ਦੇਖ ਕੇ। ਆਹ ਵੇਖੋ ਜੀ, ਆਹ ਤੁਹਾਡੇ ਸਾਹਮਣੇ ਲੱਗਿਆ ਹੋਇਆ ਤਮਾਸ਼ਾ ਜਨਾਬ, ਇਸ ਟਾਈਮ ਅੱਗੇ ਜਾਂਦੇ ਹਾਂ, ਅੱਗੇ ਜਾ ਕੇ ਵੀ ਤੁਹਾਨੂੰ ਦਿਖਾਉਂਦਾ ਮੈਂ, ਅਤੇ ਇਹ ਲੱਗੇ ਨੇ ਗਾਣੇ ਸ਼ਾਣੇ ਬੋਲਦੇ ਨੇ, ਅਤੇ ਜੀ ਗੋਲਡ ਸ਼ਾਪ ਓਪਨ ਹੋਈ ਹੈ ਨਵੀਂ, ਅਤੇ ਇਹ ਕਲਿਆਣ ਦੇ ਬਿਲਕੁਲ ਸਾਹਮਣੇ ਆ, ਦੇਖੋ ਜੀ ਇਹ ਕਲਿਆਣ ਨੂੰ ਵੀ ਆ, ਅਤੇ ਚਲੋ ਕੋਲ ਜਾਂਦੇ ਹਾਂ, ਨਜ਼ਦੀਕ ਜਾਂਦੇ ਹਾਂ, ਅੱਗੇ ਜਾਂਦੇ ਹਾਂ। ਤੇਰਾ ਵਾਲਾ
ਹਾਂਜੀ ਪਿਆਰੇ ਦੋਸਤੋ, ਦੇਖੀਏ ਤੁਸੀਂ ਜਨਾਬ ਰੂਬੀ ਹਾਈ ਸਟਰੀਟ 'ਤੇ ਖਲੋਤੇ ਹੋਏ ਹਾਂ, ਕਲਿਆਣ ਦੇ ਬਿਲਕੁਲ ਸਾਹਮਣੇ ਰੋਡ ਦੀ ਦੂਸਰੀ ਸਾਈਡ 'ਤੇ ਫੁੱਲ ਤਮਾਸ਼ਾ ਲੱਗਿਆ, ਗਾਣੇ ਜਾਣੇ ਚੱਲਦੇ ਨੇ ਅਤੇ ਸਿੰਗਰ ਆਏ ਹੋਏ ਨੇ ਬੰਗਲਾਦੇਸ਼ ਦੇ ਅਤੇ ਪੰਜਾਬ ਦੇ ਨੇ ਕੋਈ, ਅਤੇ ਚਲੋ ਅੱਜ ਬਾਅਦ ਇੰਨਾ ਹੀ, ਆਪਣਾ ਖਿਆਲ ਰੱਖਣਾ, ਦੋਸਤਾਂ ਤੱਕ ਸ਼ੇਅਰ ਕਰ ਦਿਓ, ਫੋਲੋ ਕਰ ਲਓ, ਸਬਸਕ੍ਰਾਈਬ ਕਰ ਲਓ, ਜੇ ਅਗਰ ਚੈਨਲ 'ਤੇ ਨਵੇਂ ਹੋ ਨਹੀਂ ਕੀਤਾ ਹਜੇ ਤੱਕ ਤਾਂ ਕਰ ਲਓ, ਸਾਡੀ ਵੀ ਹੌਸਲਾਫਜ਼ਾਈ ਹੋਈ ਹੈ ਤੁਹਾਡੇ ਵਾਸਤੇ, ਇੰਨੀ ਮਿਹਨਤ ਨਾਲ ਵੀਡੀਓ ਬਣਾਈ ਦੀ ਹੈ, ਤੁਸੀਂ ਜਸਟ ਫੋਲੋ ਕਰ ਲਓ ਅਤੇ ਸਬਸਕ੍ਰਾਈਬ ਕਰ ਲਓ। ਓਕੇ ਜਨਾਬ, ਅੱਲਾ ਹਾਫਿਜ਼, ਆਪਣਾ ਖਿਆਲ ਰੱਖਣਾ, ਮਿਲਣਾ ਕਿਤੇ ਅਗਲੀ ਵੀਡੀਓ।